ਵੌਇਸ ਆਫ ਪੰਜਾਬ ਛੋਟਾ ਚੈਮ ਸੀਜ਼ਨ 9 ਇਸ ਸਾਹਿਲ ਭਾਰਦਵਾਜ। ਅੱਜ ਅਸੀਂ ਆਏ ਹਾਂ ਮਾਨਸਾ, ਜਿੱਥੋਂ ਦੇ ਸਾਹਿਲ ਭਾਰਦਵਾਜ ਨੇ PTC ਪੰਜਾਬੀ ਬੋਇਸ ਆਫ ਪੰਜਾਬ ਲਿਟਲ ਚੈਂਪ ਦੇ ਵਿੱਚ ਚੈਂਪੀਅਨਸ਼ਿਪ ਜਿੱਤੀ ਹੈ ਅਤੇ ਇਹ 9ਵਾਂ ਐਡੀਸ਼ਨ ਸੀਗਾ ਬੋਇਸ ਆਫ ਪੰਜਾਬ ਦਾ। PTC ਪੰਜਾਬੀ ਇੱਕ ਇਹੋ ਜਿਹਾ ਮੰਚ ਹੈ ਜੋ ਹਰੇਕ ਹੀ ਬੱਚੇ ਨੂੰ, ਉੱਭਰਦੇ ਬੱਚਿਆਂ ਨੂੰ ਟੈਲੈਂਟ ਪ੍ਰਦਾਨ ਕਰ ਰਿਹਾ ਹੈ ਅਤੇ ਉੱਪਰ ਆਉਣ ਲਈ ਮੌਕੇ ਦੇ ਰਿਹਾ ਹੈ। ਮੈਂ ਬਹੁਤ ਧੰਨਵਾਦ ਕਰਾਂਗਾ PTC ਪੰਜਾਬੀ ਦਾ ਕਿ ਇਹ ਵੌਇਸ ਆਫ ਪੰਜਾਬ ਛੋਟਾ ਚੈਮ ਸੀਜ਼ਨ 9 ਦਾ ਮੈਨੂੰ ਵਿਨਰ ਬਣਾਇਆ ਅਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ। ਮੈਂ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਸੀ, ਉਹ ਪੂਰਾ ਹੋ ਚੁੱਕਿਆ ਅਤੇ ਹਜੇ ਇੱਥੋਂ ਸਟੋਪ ਨਹੀਂ ਹੋਇਆ, ਹਜੇ ਹੋਰ ਵੀ ਮਿਹਨਤ ਕਰਨੀ ਹੈ ਅਤੇ ਮੈਂ ਇਹ ਤੋਂ ਅੱਗੇ ਹੋਰ ਜਾਣਾ। ਜੇ ਆਪਾਂ ਤਿਆਰੀ ਦੀ ਗੱਲ ਕਰੀਏ ਤਾਂ ਤੁਹਾਡੇ ਗੁਰੂ ਕੌਣ ਸੀ ਅਤੇ ਤੁਸੀਂ ਕਿੰਨਾ ਕੋਲ ਇਸ ਦੀ ਤਿਆਰੀ ਕੀਤੀ ਅਤੇ ਕਿਸ ਤਰ੍ਹਾਂ ਇੱਥੋਂ ਤੱਕ ਪਹੁੰਚੇ ਹੋ? ਮੈਂ ਜੀ ਮਤਲਬ ਘਰ ਵਿੱਚ ਹੀ ਪ੍ਰੈਕਟਿਸ ਕਰਦਾ ਹੁੰਦਾ ਸੀ ਅਤੇ ਸਾਡਾ ਜਿਹੜਾ ਸਕੂਲ ਹੈ ਸਰਦਾਰ ਚੇਤਨ ਸਿੰਘ ਸਰਵਿਤਕਾਰੀ ਵਿੱਦਿਆ ਮੰਦਿਰ ਮਾਨਸਾ ਵਿੱਚ, ਸਕੂਲ ਵਿੱਚ ਵੀ ਮੇਰੇ ਜੋ ਅਮਨ ਮੈਮ ਨੇ ਅਤੇ ਰਘਵੀਰ ਸਰ ਨੇ ਅਤੇ ਭਾਵਨਾ ਮੈਮ, ਜਿੰਨੇ ਵੀ ਟੀਚਰਸ ਨੇ ਮਿਊਜ਼ਿਕ ਦੇ, ਉਹਨਾਂ ਤੋਂ ਮਤਲਬ ਮੈਂ ਉਹ ਮੈਨੂੰ ਤਿਆਰੀ ਕਰਾ ਦਿੰਦੇ ਸੀ ਵਿੱਚ ਵਿੱਚ। ਜੇ ਮੈਂ ਕਹਿ ਦਿੰਦਾ ਸੀ ਕਿ ਕੋਈ ਪ੍ਰੋਗਰਾਮ ਹੁੰਦਾ ਸੀ ਜਾਂ ਕੋਈ, ਮੈਂ ਕਹਿੰਦਾ ਸੀ ਸਰ ਇਹਦੀ ਮੈਨੂੰ ਹੋਰ ਥੋੜ੍ਹੀ ਚੰਗੀ ਤਰ੍ਹਾਂ ਤਿਆਰੀ ਕਰਾਓ, ਉਹ ਚੰਗੀ ਤਰ੍ਹਾਂ ਮੇਰੀ ਪੂਰੀ ਤਿਆਰੀ ਕਰਾ ਦਿੰਦੇ ਸੀ, ਫਿਰ ਮੈਂ ਆਪਣਾ ਪਰਫੋਰਮ ਕਰ ਦਿੰਦੇ ਸੀ। ਮਤਲਬ ਮੈਂ ਕਿਸ ਤੋਂ ਸਿੱਖਿਆ ਨਹੀਂ, ਮੈਂ ਆਪਣੇ ਮਤਲਬ ਘਰ ਵਿੱਚ ਹੀ ਪ੍ਰੈਕਟਿਸ ਕਰਦੇ ਅਤੇ ਸਕੂਲ ਵਿੱਚ ਵੀ ਮੈਨੂੰ ਸਿਖਾ ਦਿੰਦੇ ਥੋੜ੍ਹਾ ਮੋਟਾ। ਇਹ ਆਪਦੇ ਘਰ ਹੀ ਪ੍ਰੈਕਟਿਸ ਕਰਦਾ ਸੀਗਾ ਜੀ, ਬਾਕੀ ਕੁਛ ਸਕੂਲ 'ਚ ਵੀ ਜਿਹੜਾ ਕੁਛ ਸਿਖਾਉਂਦੇ ਆ ਕੁਛ ਉਹਨਾਂ ਦੀ ਮਿਹਨਤ ਕਰਕੇ ਅਤੇ ਕੁਛ ਇਹਦੀ ਆਪਦੀ ਬਸ ਜਿਹੜੀ ਘਰ ਪ੍ਰੈਕਟਿਸ ਕਰਦੇ ਉਹਦੇ ਕਰਕੇ ਸਾਰਾ ਇਹਨੇ ਆਪ ਹੀ ਕੀਤਾ ਜੀ। ਵਧਾਈ ਹੋਣ ਦੇਣ ਵਾਲੋਂ ਕਾ ਤਾਂਤਾ ਲਗਾ ਹੋਇਆ, ਆ ਰਹੇ ਹਨ ਲੋਕ ਆਪਕੇ ਪਾਸ? ਹਾਂਜੀ, ਫੋਨ ਆ ਰਹੇ, ਮੈਸੇਜ ਆ ਰਹੇ ਸਵਾਰੇ। ਇਸ ਚੀਜ਼ ਦਾ ਸਾਨੂੰ ਉਮੀਦ ਸੀ ਵੀ ਜੇ ਸਾਹਿਲ ਦਾ ਇੱਦਾਂ ਹੀ ਚੱਲਦੀ ਰਹੀ, ਕਿਸੇ ਤਰ੍ਹਾਂ ਦੀ ਕੋਈ ਪਾਰਸ਼ਲਟੀ ਨਾ ਹੋਈ ਤਾਂ ਸਾਹਿਲ ਜ਼ਰੂਰ ਵਿਨਰ ਰਹੇਗਾ। ਸਟਾਰਟਿੰਗ 'ਚ ਹੀ ਪਤਾ ਹੁੰਦਾ ਆਪਦੇ ਬੱਚੇ ਦਾ, ਹੈ ਨਾ ਸਰ? ਅਤੇ ਜਦੋਂ ਰਿਜ਼ਲਟ ਆ ਗਿਆ ਬਿਲਕੁਲ ਫੇਅਰ, ਇਹ ਚੀਜ਼ ਬਿਲਕੁਲ ਹੀ ਕਲੀਅਰ ਹੋ ਗਈ ਕਿ PTC ਚੈਨਲ ਬਹੁਤ ਹੀ ਸਾਫ਼ ਸੁਥਰਾ ਅਤੇ ਆਪਦੇ ਸਮਾਜ ਨੂੰ ਸੇਧ ਦੇਣ ਵਾਲਾ ਵਧੀਆ ਚੈਨਲ ਹੈ। ਮੈਨੂੰ ਬਹੁਤ ਖੁਸ਼ੀ ਹੋ ਰਹੀ ਕਿਉਂਕਿ ਸਾਡਾ ਭਰਾ ਬਹੁਤ ਵਧੀਆ ਗਾਉਂਦਾ ਹੈ ਅਤੇ ਅੱਗੇ ਜਾ ਕੇ ਬਹੁਤ ਵੱਡਾ ਸਿੰਗਰ ਬਣੂਗਾ ਅਤੇ ਬਹੁਤ ਵੱਡਾ ਪਲੇਬੈਕ ਸਿੰਗਰ ਬਣਨਾ ਚਾਹੁੰਦਾ ਹੈ। ਮੇਰੇ ਭਰਾ ਨੂੰ ਅਤੇ ਮੈਨੂੰ ਮਾਣ ਹੈ ਕਿ ਉਹ ਵੌਇਸ ਆਫ ਪੰਜਾਬ 'ਚ ਜਿੱਤ ਗਿਆ ਹੈ ਅਤੇ ਮੈਂ ਅੱਗੇ ਵੀ ਇਹੀ ਦੁਆਵਾਂ ਕਰਾਂਗੀ ਕਿ ਉਹ ਹਮੇਸ਼ਾ ਆਪਦੇ ਮਿਹਨਤ ਕਰਦਾ ਰਹੇ। ਸੋ ਇਹ ਸੀ ਸਾਹਿਲ ਦਾ ਪਰਿਵਾਰ, ਜਿਨ੍ਹਾਂ ਨੂੰ ਕਿ ਆਪਣੇ ਬੱਚੇ 'ਤੇ ਫਖਰ ਹੈ ਅਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ PTC ਵਰਗੇ ਮੰਚ ਹੋਰ ਬੱਚਿਆਂ ਨੂੰ ਵੀ ਅੱਗੇ ਮਿਲਦੇ ਹਨ ਅਤੇ ਮਿਲਦੇ ਰਹਿਣਗੇ। ਕੈਮਰਾਮੈਨ ਨਾਲ ਸ਼ਿਵ ਸੋਨੀ ਨਾਲ ਉਮੇਸ਼ ਸਿੰਗਲਾ, ਮਾਨਸਾ।